ਲੁਧਿਆਣਾ ਦੇ ਸਲੀਮ ਟਾਵਰੇ ਸਥਿਤ ਰਾਜੀਵ ਗਾਂਧੀ ਦੇ ਬੁੱਤ ਉੱਤੇ ਕਾਲਖ ਪੋਤਣ ਦੇ ਮਾਮਲੇ ਵਿੱਚ ਜਿੱਥੇ ਗੁਰਦੀਪ ਸਿੰਘ ਗੋਸ਼ਾ ਵ ਮੀਤਪਾਲ ਸਿੰਘ ਡੁਗਰੀ ਉੱਪਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ, ਉੱਥੇ ਹੀ ਨਗਰ ਨਿਗਮ ਵੱਲੋਂ ਗੁਰਦੀਪ ਸਿੰਘ ਗੋਸ਼ਾ ਦੀ ਬਿਲਡਿੰਗ ਨੂੰ ਗਿਰਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਦੇ ਬਾਅਦ ਗੁਰਦੀਪ ਸਿੰਘ ਗੋਸ਼ਾ ਦੇ ਰਿਸ਼ਤੇਦਾਰਾਂ ਵੱਲੋਂ ਬਕਾਇਦਾ ਬਿਲਡਿੰਗ ਦਾ ਨਕਸ਼ਾ ਹੋਣ ਦੀ ਗੱਲ ਕਹੀ ਗਈ ਸੀ, ਪਰ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਨਕਸ਼ਾ ਨਾ ਹੋਣ ਦੀ ਗੱਲ ਕਹੀ ਗਈ ਹੈ, ਜਿਸ ਨੂੰ ਲੈ ਕੇ ਗੁਰਦੀਪ ਸਿੰਘ ਗੋਸ਼ਾ ਵੱਲੋਂ ਪ੍ਰੈਸ ਕਾਨਫਰੰਸ ਕਰ ਇਸ ਬਾਬਤ ਜਾਣਕਾਰੀ ਦਿੱਤੀ ਗਈ। ਗੱਲ ਹੈ ਵੀ ਜਿਹੜੀ ਅਸੀਂ ਕਾਲਖ ਰਾਜੀਵ ਗਾਂਧੀ ਦੇ ਬੁੱਤ ਤੇ ਲਾਈ ਸੀਗੀ, ਉਹਦਾ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਲੀਡਰਾਂ ਨੇ ਤੇ ਅਫਸਰ ਸਾਹਿਬਾਨਾਂ ਨੇ ਸਿੱਖਣਾ ਕੀ ਸੀਗਾ, ਉਹਦੇ ਵਿੱਚ ਇੱਕ ਨਾਮ ਦਿੱਤਾ ਵੀ ਬਿਲਡਿੰਗ ਢਾ ਦਿੱਤੀ ਗਈ ਬ੍ਰਦਰ ਦੀ ਤੇ ਨਾਲ ਇੱਕ ਭੋਲੇ ਪਾਲੇ ਦੁਕਾਨਦਾਰ ਜਿਨ੍ਹਾਂ ਨੂੰ ਕੋਈ ਲੀਡਰੀ ਦਾ ਲੈਣਾ ਦੇਣਾ ਨਹੀਂ, ਉਹਨਾਂ ਦੀ ਬਿਲਡਿੰਗ ਢਾ ਦਿੱਤੀ ਗਈ। ਉਹ ਜਿਹੜੇ ਅਫਸਰ ਸਾਹਿਬਾਨ ਆ ਜਾਂ ਇਹਨਾਂ ਦੇ ਪਿੱਛੇ ਜਿਹੜੇ ਵੀ ਕਾਰਨ ਹੈ, ਜਿਹੜੇ ਵੀ ਲੀਡਰ ਸਾਹਿਬਾਨ ਜਿਹੜੇ ਆਪਣੇ ਆਪ ਨੂੰ ਲੀਡਰੀ ਕਰਦੇ, ਜਿਹੜੇ ਲੋਕਾਂ ਦੀ ਵੋਟਾਂ 'ਤੇ ਰਾਜਨੀਤੀ ਕਰਦੇ ਆ, ਜਿਹੜੇ ਸਮਝਦੇ ਵਪਾਰੀਆਂ ਨੂੰ ਟੁੱਚ ਸਮਝਦੇ, ਇੱਕ ਵਪਾਰ ਵਰਗ 'ਤੇ ਜਿਨ੍ਹਾਂ ਨੇ ਹਮਲਾ ਕੀਤਾ, ਉਹਨਾਂ ਨੂੰ ਸਮੇਂ ਆਉਣ 'ਤੇ ਢੁੱਕਵਾਂ ਜਵਾਬ ਦਿੱਤਾ ਜਾਏਗਾ। ਵਿਦ ਇਨ ਫਿਊ ਡੇਜ਼, ਥੋੜ੍ਹੇ ਦਿਨਾਂ ਦੇ ਵਿੱਚ ਵਿੱਚ ਇਹੋ ਜਿਹਾ ਢੁੱਕਵਾਂ ਜਵਾਬ ਦਿੱਤਾ ਜਾਏਗਾ ਜਿਹੜਾ ਦੀ ਉਹਨਾਂ ਦੀ ਹਿੰਮਤ ਨਹੀਂ ਪਊਗੀ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਕਿਸੇ ਵਪਾਰੀ ਵਰਗ 'ਤੇ ਹਮਲਾ ਕਰਨ ਦੀ। ਜਿਹੜੇ ਲੋਕ ਸੋਚਦੇ ਆ ਕਿ ਸਾਡੇ ਹੱਥ ਤਾਕਤ ਆ ਗਈ ਹੈ, ਸਤਾ ਆ ਗਈ, ਅਸੀਂ ਕੁਛ ਵੀ ਕਰ ਸਕਦੇ ਹਾਂ, ਉਹਨਾਂ ਦੇ ਭੁਲੇਖੇ ਦੂਰ ਕਰ ਦਿੱਤੇ ਜਾਊਗੇ। ਇਸ ਦੌਰਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਬਿਲਡਿੰਗ ਨੂੰ ਗਿਰਾਉਣ ਲਈ ਜੋ ਕਾਰਪੋਰੇਸ਼ਨ ਦੇ ਮੁਲਾਜ਼ਮ ਜਾਂ ਅਧਿਕਾਰੀ ਦੀ ਇਨਵੋਲਵਮੈਂਟ ਰਹੀ ਹੈ, ਉਹਨਾਂ ਦੇ ਖਿਲਾਫ ਉਹ ਅਦਾਲਤ ਦਾ ਰੁਖ ਕਰਨਗੇ। ਅਸੀਂ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੈ ਉਹਨਾਂ ਦੀ ਪੂਰਾ ਚਿੱਠਾ ਆਉਣ ਵਾਲੇ ਦਿਨਾਂ 'ਚ ਨੰਗਾ ਕਰਾਂਗੇ। ਬਿਲਡਿੰਗ ਦਾ ਨਕਸ਼ਾ ਬਣਿਆ ਹੋਇਆ, ਇਹ ਪੂਰੀ ਕਾਰਵਾਈ ਚੱਲ ਰਹੀ ਹੈ, ਇਹਦਾ ਜਵਾਬ ਉਹਨਾਂ ਨੂੰ ਮਿਲ ਜਾਊਗਾ। ਇਹ ਸਿਰਫ ਤੇ ਸਿਰਫ ਰੰਜਿਸ਼ ਇਹ ਕੰਮ ਕੀਤਾ। ਆ ਜਿੰਨੀਆਂ ਬਿਲਡਿੰਗਾਂ ਬਣੀਆਂ ਸਭ ਦਾ ਸੇਮ ਸਟੇਟਸ ਆ, ਇਹ ਕੋਈ ਇਹ ਨਹੀਂ ਹੈ ਕਿ ਇਹਨਾਂ ਦਾ ਸਟੇਟਸ ਆਡਾ ਤੇ ਬਾਕੀਆਂ ਦਾ ਸਟੇਟਸ ਆਡਾ, ਸੇਮ ਸਟੇਟਸ ਆ। ਨਾਲੇ ਅੱਜ ਹੀ ਕੋਈ ਪਾਲਿਸੀ ਇਹਨਾਂ ਦੀ ਆਈ ਹੈਗੀ ਆ ਕਿ ਜਿਹੜੀ ਆਪਣਾ ਪਾਲਿਸੀ ਦੇ ਵਿੱਚ ਕੋਈ ਵੀ ਪਾਸ ਕਰਾ ਸਕਦਾ, ਰੈਗੂਲਰ ਕਰਨ ਦੀ ਪਾਲਿਸੀ ਆਈ ਆ। ਬਿਲਡਿੰਗ ਕੋਈ ਵੀ ਲੁਧਿਆਣੇ ਸ਼ਹਿਰ 'ਚ ਕੋਈ ਨਹੀਂ ਇਹਨਾਂ ਨੇ ਛੇੜਨੀ, ਨਾ ਹੀ ਇਹਨਾਂ ਨੇ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਸੀ। ਇਹ ਜਿਹੜਾ ਵੀ ਕੰਮ ਕੀਤਾ ਸਰਾਸਰ ਰੰਜਿਸ਼ ਦੇ ਵਿੱਚ ਇਹ ਕੰਮ ਕੀਤਾ ਗਿਆ। ਬਿਊਰੋ ਰਿਪੋਰਟ ਲੁਧਿਆਣਾ ਬਿਊਰੋ।